ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਨਾ ਲੋਕੇ 2 ਦੇ ਸਕਸੈਸ ਮਿਲਣੀ ਦੇ ਵਿੱਚ ਇਕੱਠੇ ਹੋਏ ਹਾਂ ਸਾਰੇ ਜਾਣੇ, ਕਿਉਂਕਿ ਉਹ ਐਲਬਮ ਬਹੁਤ ਜ਼ਿਆਦਾ ਹਿੱਟ ਹੋਈ ਆ ਅਤੇ ਬਹੁਤ ਪਿਆਰ ਦਿੱਤਾ ਜਾ ਰਿਹਾ। ਆ ਜਾਓ ਸਾਰੇ ਬੈਠੇ ਉੱਧਰ, ਆ ਜਾਓ ਤੁਹਾਨੂੰ ਲੈ ਕੇ ਜਾਂਦੇ ਉੱਧਰ। ਸਾਰੇ ਜਾਣੇ ਇਕੱਠੇ ਹੋਏ ਆ ਅੱਜ, ਅਤੇ ਅਸੀਂ ਇਹ ਐਲਬਮ ਸੋਚ ਕੇ ਨਹੀਂ ਬਣਾਈ ਸੀ, ਇਹ ਇੱਕੋ ਦਮ ਹੀ ਸੁਪਰ ਹਿੱਟ ਹੋ ਚੁੱਕੀ ਹੈ, ਸੁਪਰ ਹਿੱਟ। ਅਤੇ ਸਾਰੇ ਬੈਠੇ ਆ ਇੱਧਰ, ਲਖਵਿੰਦਰ ਭਾਜੀ ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲਵਲੀ ਨਿਰਮਾਣ। ਤੁਸੀਂ ਇੰਨਾ ਪਿਆਰ ਦਿੱਤਾ ਕਿ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ, ਬਹੁਤ ਮਿਹਰਬਾਨੀ। 14 ਸਾਲਾਂ ਬਾਅਦ ਐਡਾ ਵੱਡਾ ਆਸ਼ੀਰਵਾਦ ਦਿੱਤਾ, ਇੰਨੀ ਐਨਰਜੀ ਦਿੱਤੀ ਹੈ ਸਾਨੂੰ, ਤੁਸੀਂ ਤੁਹਾਡਾ ਕਿਤੇ ਅਸੀਂ ਦੇਣ ਨਹੀਂ ਸਕਦੇ, ਬਹੁਤ ਮਿਹਰਬਾਨੀ ਤੁਹਾਡੀ। ਕਿਉਂਕਿ ਲੋਕਟ 2 ਅਮਰਾਡੀਓ ਵਿੱਚ ਤੁਸੀਂ ਸੁਣਿਆ, ਮੈਡ ਫੋਰ ਮਿਊਜ਼ਿਕ 'ਚ ਸਾਡੇ ਪਿੰਕੀ ਧਾਲੀਵਾਲ ਸਾਹਿਬ ਅਮਰਾਡੀਓ ਦੇ ਕਰਤਾ ਧਰਤਾ, ਜਿਹਦੇ ਵਿੱਚ ਸੁਦੇਸ਼ ਕੁਮਾਰੀ ਜੀ ਨੇ ਮੇਰੇ ਨਾਲ ਗਾਇਆ, ਲਖਵਿੰਦਰ ਮਾਨ ਜੀ ਦੇ ਗੀਤ, ਸੰਗਤ ਸੰਤਾਲੀ ਜੀ ਦੇ ਗੀਤ, ਸਾਡੇ ਜੋਇਤਲ ਜੀ ਜਿਹਨਾਂ ਦਾ ਬਹੁਤ ਅੱਛਾ ਮਿਊਜ਼ਿਕ ਹੈ, ਪ੍ਰੀਤ ਬਾਪੜਾ ਬਾਈ, ਅਤੇ ਤੁਸੀਂ ਇੰਨਾ ਮਾਣ ਦਿੱਤਾ ਵੀ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ। ਪਲੀਜ਼ ਇਸ ਤਰ੍ਹਾਂ ਹੀ ਸਿਰ 'ਤੇ ਹੱਥ ਰੱਖਿਓ ਅਤੇ ਅਸੀਂ ਗਾਉਂਦੇ ਰਹੀਏ, ਤੁਸੀਂ ਸੁਣਦੇ ਰਹੋ, ਬਹੁਤ ਮਿਹਰਬਾਨੀ, ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸੁਦੇਸ਼ ਕੁਮਾਰੀ, ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਤੁਸੀਂ ਲੋਕੇਟ 2 14 ਸਾਲਾਂ ਬਾਅਦ ਲਵਲੀ ਨਿਰਮਾਨ ਭਾਅ ਜੀ ਉਹਨਾਂ ਦੀ ਇਹ ਟੇਪ, ਜਿਸ ਵਿੱਚ ਮੈਨੂੰ ਗਾਉਣ ਦਾ ਮੌਕਾ ਮਿਲਿਆ। ਮੈਂ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਮੇਰੇ ਵੱਡੇ ਵੀਰ ਮੇਡ ਫੋਰ ਕੰਪਨੀ ਮਿਊਜ਼ਿਕ ਕੰਪਨੀ ਦੇ ਮਾਲਕ ਪਿੰਕੀ ਧਾਲੀਵਾਲ ਸਾਹਿਬ, ਔਰ ਅਮਰ ਆਡੀਓ ਕੰਪਨੀ ਦੇ, ਔਰ ਸੰਗਦਿਲ ਸੰਤਾਲੀ ਵਾਲੇ ਮੇਰੇ ਵੀਰ, ਜਿਨ੍ਹਾਂ ਨੇ ਮੈਨੂੰ ਇਸ ਟੇਪ ਦੇ ਵਿੱਚ ਗਾਉਣ ਦਾ ਮੌਕਾ ਦਿੱਤਾ ਆ, ਔਰ ਇਹਨਾਂ ਦੇ ਗੀਤ ਮੈਨੂੰ ਲਿਖੇ ਹੋਏ ਗਾਉਣ ਦਾ ਮੌਕਾ ਮਿਲਿਆ, ਮੇਰੀ ਬਹੁਤ ਹੀ ਖੁਸ਼ਕਿਸਮਤੀ ਹੈ। ਔਰ ਲਖਵਿੰਦਰ ਮਾਨ ਜੀ ਮੇਰੇ ਨਾਲ, ਮੇਰੇ ਵੀਰ ਬੈਠੇ ਨੇ, ਔਰ ਸੁਰਜੀਤ ਭੁੱਲਰ ਜੀ ਦੇ ਨਾਲ ਜਿੰਨੇ ਵੀ ਤੁਸੀਂ ਮੇਰੇ ਸੌਂਗ ਸੁਣੇ ਆ, ਔਰ ਸੰਗਦਿਲ ਭਾਅ ਜੀ ਔਰ ਲਖਵਿੰਦਰ ਮਾਨ ਜੀ, ਇਹਨਾਂ ਇਹ ਬਹੁਤ ਹੀ ਵਧੀਆ ਰਾਈਟਰ, ਔਰ ਬਹੁਤ ਹੀ ਇਹਨਾਂ ਦੇ ਬਾਰੇ ਮੇਰੇ ਕੋਲ ਅਲਫਾਜ਼ ਨਹੀਂ, ਮੈਂ ਕੀ ਬੋਲਾਂ। ਅਤੇ ਜਿੰਨਾ ਵੀ ਅੱਛਾ ਮਿਊਜ਼ਿਕ ਤਿਆਰ ਕੀਤਾ ਮੇਰੇ ਵੀਰ ਜੋਏ ਅਤੁਲ ਜੀ ਨੇ, ਬਾ ਕਮਾਲ ਜੋੜੀ, ਔਰ ਦਿਲੋਂ ਕੰਮ ਕਰਦੇ ਮੇਰੇ ਵੀਰ। ਮੈਂ ਕਹਿੰਦੀ ਅਸੀਂ ਜਿਸ ਤਰ੍ਹਾਂ ਵੀ ਗਾ ਦੇਣਾ, ਜਿੰਨੀ ਸਾਡੀ ਵੋਕਲ ਨੂੰ, ਇਹਨਾਂ ਨੇ ਸਾਡੀ ਵੋਕਲ ਨੂੰ ਸ਼ਿੰਗਾਰ ਕੇ ਬਾਹਰ ਕਰ ਪੇਸ਼ ਕਰਦੇ ਆ, ਸੋ ਮੈਂ ਇਹਨਾਂ ਦੇ ਨਾਲ ਤਹਿ ਦਿਲੋਂ ਇਹਨਾਂ ਦੀ ਮੈਂ ਸ਼ੁਕਰ ਗੁਜ਼ਾਰ ਹਾਂ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ, ਤੁਹਾਡਾ ਥੈਂਕ ਯੂ ਕਰਨਾ ਚਾਹੁੰਦੇ ਕਿ ਲੋਕਟ 2 ਨੂੰ ਤੁਸੀਂ, ਅਸੀਂ ਸੋਚਿਆ ਨਹੀਂ ਸੀ, ਸਾਡੀ ਸੋਚ ਤੋਂ ਕਿਤੇ ਵੱਧ ਤੁਸੀਂ ਪਿਆਰ ਦਿੱਤਾ ਆ ਐਕਟਿਵਾ ਸੌਂਗ ਨੂੰ। ਜਿੰਨੇ ਵੀ ਸੌਂਗ ਚੱਲ ਰਹੇ ਆ ਨਾ, ਜਿੰਨੇ ਵੀ ਸੌਂਗ, ਮੈਂ ਜਿੰਨਾ ਵੀ ਬੋਲਾਂ ਨਾ, ਮੇਰੇ ਕੋਲ ਲਫ਼ਜ਼ ਨਹੀਂ ਹੈ ਤੁਹਾਡਾ, ਮੈਂ ਥੈਂਕ ਯੂ ਕਿੱਦਾਂ ਕਰਾਂ। ਤੁਸੀਂ ਸਾਡੀ ਸਾਰੀ ਟੀਮ ਨੂੰ ਬਹੁਤ ਹੀ ਮਨਾ ਮੁਹੀ ਪਿਆਰ ਦਿੱਤਾ ਹੈ, ਅਤੇ ਪਰਮਾਤਮਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਖੁਸ਼ ਰੱਖੇ, ਚੜ੍ਹਦੀਆਂ ਕਲਾ ਵਿੱਚ ਰੱਖਣ, ਅਤੇ ਆਵਾਜ਼ ਰੱਖੋ, ਜਿਉਂਦੇ ਰਹੋ ਤੁਸੀਂ, ਅਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਰਕਰਾਰ ਰੱਖਣਾ। ਸੋ ਥੈਂਕ ਯੂ ਜੀ, ਜੋਏ ਭਾਜੀ ਨਾਲ ਵੀ ਕਰਾਓ ਜੀ, ਭਾਜੀ ਨਾਲ ਹੀ ਸਾਰੇ ਇਕੱਠੇ ਆਏ ਸੀ ਅੱਜ, ਅਸੀਂ ਸਕਸੈਸ ਮਿਲਣੀ ਹੈ ਸਾਡੀ, ਸਾਰੇ ਇਕੱਠੇ ਪਿਆਰ ਹੋਣ, ਸਕਸੈਸ ਮਿਲਣੀ, ਖੁਸ਼ੀ ਤੁਹਾਨੂੰ ਦੱਸ ਨਹੀਂ ਸਕਦਾ ਵੀ ਸਾਨੂੰ, ਕਿਉਂਕਿ ਇੰਨੇ ਦੌਰ ਚ, ਇੰਨੇ ਉਲਝਣ ਆਵਣੇ ਦੌਰ ਚ, ਇੰਨੇ ਸੋਹਣੇ ਗੀਤ, ਇਹ ਪਤਾ ਪਹਿਲੇ ਦਿਨ ਹੀ ਸੀਗਾ ਕਿ ਸੁਪਰ ਹਿੱਟ ਹੋਣਾ, ਪਹਿਲੇ ਦਿਨ ਪਤਾ ਸੀ ਕਿ ਸੁਪਰ ਹਿੱਟ ਹੋਣਾ, ਤੇ ਸਾਰਿਆਂ ਦੀ ਦੁਆਵਾਂ। ਤੇ ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਅਦਾ ਕਰੂੰਗਾ ਵੀ ਵੱਡੇ, ਕਿਉਂਕਿ ਸਾਰੇ ਇਨਾਮ ਉੱਪਰ ਨਹੀਂ ਲੈ ਸਕਦੇ, ਸਾਡੇ ਬਜ਼ੁਰਗ ਜਿਹੜੇ ਪਿੰਕੀ ਭਾਜੀ ਬਜ਼ੁਰਗ ਆ ਸਾਡੇ, ਕਿਉਂਕਿ ਪ੍ਰੋਡਿਊਸਰ ਸਾਡੇ ਬਜ਼ੁਰਗ ਆ, ਉਮਰ ਚ ਵੀ ਤੇ ਵੈਸੇ ਵੀ, ਪਿੰਕੀ ਭਾਜੀ ਗੁੱਸਾ ਨਹੀਂ ਕਰਨਾ ਵੀ ਤੁਹਾਡੇ ਕਰਕੇ ਅਸੀਂ ਇਕੱਠੇ ਹੋਏ, ਤੁਸੀਂ ਮਿਸ ਕਰ ਗਏ, ਪਰ ਉਹਨਾਂ ਕਰਕੇ ਅਸੀਂ ਅੱਜ ਇਕੱਠੇ ਹੋਏ ਹਾਂ, ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ, ਤੇ ਅਸੀਂ ਇੰਨੀ ਸਕਸੈਸ ਪਾਰਟੀ ਪਾਰਟੀ ਮਿਲਣੀ ਕਰ ਰਹੇ ਹਾਂ। ਤੇ ਲਵਲੀ ਭਾਜੀ ਸਾਰਿਆਂ ਨੇ, ਇਹ ਸਾਡੇ ਉਹ ਭਰਾ ਜਿਹੜਾ ਇੱਕ ਜੜੀ ਬੂਟੀ ਅਸੀਂ ਗੱਲ ਕਰਦੇ ਰਹੇ, ਸੰਜੀਵਨੀ ਬੂਟੀ ਆ ਇਹ ਬਾਬਾ, ਇਹ ਜਿੰਨੀ ਵਾਰੀ ਵੀ ਗਾਊਗਾ ਉਨੀ ਵਾਰੀ ਹਿੱਟ ਹੋਊਗਾ, ਇਹ ਸਾਡਾ ਬਾਬਾ ਸੰਜੀਵਨੀ ਬੂਟੀ, ਇਹ ਸਹੀ ਗੱਲ ਹੈ ਵੈਸੇ। ਤੇ ਸੁਦੇਸ਼ ਭੈਣ ਜੀ ਹੋਣੀ, ਤੁਹਾਨੂੰ ਪਤਾ ਲਤਾ ਮੰਗੇਸ਼ਕਰ, ਤੁਹਾਡਾ ਨਾ ਬਹੁਤ ਹੀ, ਮੈਂ ਨਾ ਥੈਂਕ ਯੂ ਕਰਨਾ ਚਾਹੁੰਦੀ ਕਿ ਇੰਨੀ ਭੀੜ ਭੜੱਕੇ ਦੇ ਵਿੱਚ, ਔਰ ਇੰਨਾ ਮਤਲਬ ਜਿਨ੍ਹਾਂ ਦੇ ਵਿੱਚੋਂ ਚੂਜ਼ ਕੀਤਾ ਤੁਸੀਂ, ਫਿਰ ਮੈਨੂੰ ਦੁਬਾਰਾ ਸੁਦੇਸ਼ ਕੁਮਾਰੀ ਨੂੰ ਆਪਾਂ ਫਿਰ ਮੌਕਾ ਦੇਣਾ, ਨਹੀਂ ਤਾਂ ਖੈਰ ਮਾਰਕੀਟ 'ਚ ਕੁੜੀਆਂ ਬਹੁਤ ਨੇ, ਪਰ ਤੁਸੀਂ ਮੈਨੂੰ ਯਾਦ ਰੱਖਿਆ, ਸੋ ਮੈਂ ਤੁਹਾਡਾ ਬਹੁਤ ਹੀ ਥੈਂਕ ਯੂ ਕਰਦੀ ਹਾਂ, ਧੰਨਵਾਦ ਕਰਦੀ ਹਾਂ, ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਆਂ ਕਲਾ 'ਚ ਰੱਖਣ। ਸੋ ਮੈਂ ਤਾਂ ਇਹੀ ਕਹਿੰਦੀ, ਸਾਰੀ ਟੀਮ ਇਸ ਤਰ੍ਹਾਂ ਸਾਡੀ ਸਦਾ ਬਣੀ ਰਹੇ, ਖੁਸ਼ ਰਹੇ, ਔਰ ਚੜ੍ਹਦੀਆਂ ਕਲਾ 'ਚ ਰਹੇ। ਇੱਧਰ ਲਖਵਿੰਦਰ ਦੋਸਤੋ, ਜਿਵੇਂ ਯਾਦ ਤੇਰੀ ਵਿੱਚ ਪੀੜ ਹਿਜ਼ਰ ਦੀ, ਜਦ ਅੱਖੀਆਂ ਦਾ ਨੀਰ ਬਣੀ,
ਹਰ ਇੱਕ ਅਥਰੂ ਦੇ ਤੁਪਕੇ ਵਿੱਚ ਸੱਜਣਾ ਦੀ ਤਸਵੀਰ ਬਣੀ। ਇਸ ਜਨਮ ਦਾ ਦੀ ਸਾਂਝ ਨੀ ਸਾਡੀ, ਮੇਲ ਹੈ ਜਨਮਾਂ ਜਨਮਾਂ ਦਾ, ਕਿਸੇ ਜਨਮ ਤੂੰ ਸਹਿਬਾ ਮੇਰੀ, ਕਿਸੇ ਜਨਮ ਤੂੰ ਹੀਰ ਬਣੀ। ਉਵੇਂ ਅਸੀਂ ਇਹ ਸਮੁੱਚੀ ਅਮਰ ਰੇਡੀਓ ਦੀ ਟੀਮ ਪਿਛਲੇ ਕਈ ਮਹੀਨਿਆਂ ਤੋਂ ਇਹ ਸੁਪਰ ਟੈਕ ਸਟੂਡੀਓ ਆਉਂਦੇ ਜਾਂਦੇ ਕੰਮ ਕਰਦੇ ਤਾਂ ਰਹਿੰਦੇ ਹਾਂ, ਪਰ ਅੱਜ ਅਸੀਂ ਜਿਹੜੀ ਖੁਸ਼ੀ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ, ਜਿਹੜਾ ਤੁਸੀਂ ਸਾਨੂੰ ਮਨਾ ਮੂਹੀ ਪਿਆਰ ਦਿੱਤਾ, ਉਹ ਸਾਥੋਂ ਸਾਂਭਿਆ ਨਹੀਂ ਜਾਂਦਾ ਇਕੱਲੇ ਇਕੱਲੇ ਤੋਂ। ਬਿਲਕੁਲ ਜੀ, ਫਿਰ ਅਸੀਂ ਇਕੱਠੇ ਹੋ ਕੇ ਅੱਜ ਉਸ ਪਿਆਰ ਨੂੰ ਤੁਹਾਡੇ ਨਾਲ ਦੁੱਗਣਾ ਚੌਗਣਾ ਵੰਡਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪਿੰਕੀ ਧਾਲੀਵਾਲ ਜੀ, ਜਿਨ੍ਹਾਂ ਨੇ ਇਹ ਇੱਕ ਇੱਕ ਬੂਟਾ ਚੁਣ ਕੇ ਲਿਆਂਦਾ ਅਤੇ ਇੱਕ ਫੁਲਵਾੜੀ ਤਿਆਰ ਕੀਤੀ, ਜਿਹਦੀਆਂ ਮਹਿਕਾਂ ਤੁਸੀਂ ਸਾਰਿਆਂ ਨੇ ਮਾਣੀਆਂ, ਅਤੇ ਤੁਸੀਂ ਉਹਨਾਂ ਫੁੱਲਾਂ ਨੂੰ ਕਬੂਲਿਆ, ਸਾਡੀ ਇੱਕ ਨਿਮਾਣੀ ਜੀ ਕੋਸ਼ਿਸ਼ ਸੀ। ਸਾਨੂੰ ਡਰ ਵੀ ਬੜਾ ਲੱਗਦਾ ਸੀ ਕਿਉਂਕਿ ਜਦੋਂ ਸਾਲ ਹੋ ਗਏ ਤਕਰੀਬਨ ਛੱਡੇ ਨੂੰ, ਇੱਥੇ ਲਿਆ ਕੇ ਪ੍ਰੋਜੈਕਟ ਜਿਹੜਾ ਸੀਗਾ ਮਤਲਬ ਲੜਾਈਆਂ ਸੁਰਜੀਤ ਭੁੱਲਰ ਦਾ, ਉਦੋਂ ਬਾਅਦ ਅਸੀਂ ਇਸ ਤਰ੍ਹਾਂ ਦਾ ਗੁਲਦਸਤਾ ਨਹੀਂ ਤਿਆਰ ਕੀਤਾ। ਹੁਣ 14 ਸਾਲਾਂ ਦੇ ਵਿੱਚ ਬੜਾ ਪਾਣੀ ਪੁੜਾਂ ਥੱਲੋਂ ਲੰਘ ਗਿਆ, ਬੜਾ ਕੁਝ ਬਦਲ ਗਿਆ, ਅਤੇ ਸਾਨੂੰ ਇਸ ਕਰਕੇ ਡਰ ਲੱਗਦਾ ਵੀ ਜੋ ਅਸੀਂ ਫਿਰ ਉਹੀ ਤਜਰਬਾ ਕਰ ਰਹੇ ਹਾਂ ਕੀ ਤੁਸੀਂ ਕਬੂਲੋਗੇ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਅਤੇ ਹੁਣ ਦੇਖਿਓ ਫਿਰ ਅਸੀਂ ਇਸੇ ਤਰ੍ਹਾਂ ਦੇ ਗੁਲਦਸਤੇ ਤੁਹਾਨੂੰ ਸੁਣਾਉਂਦੇ ਰਹਾਂਗੇ ਅਤੇ ਤੁਸੀਂ ਸੁਣਦੇ ਹੋ। ਪ੍ਰੀਤ ਬਾਪਲਾ ਜੀ ਮੇਰੇ ਵੀਰ ਬੈਠੇ ਨੇ, ਔਰ ਬਹੁਤ ਹੀ ਇਹਨਾਂ ਦਾ ਸੌਂਗ ਸੀਗਾ ਆਪਣਾ ਦੀਵਾ ਗੁੱਲ ਕਰੇਗੀ। ਸੋ ਬਹੁਤ ਹੀ ਵੈਰੀ ਨਾਈਸ ਰਾਈਟਰ ਹੈ ਵੀ, ਇਹਨਾਂ ਨੇ ਵੀ ਬਾ ਕਮਾਲ ਇਹਨਾਂ ਦੀ ਲਿਖਤ ਆ। ਸੋ ਇਹਨਾਂ ਦਾ ਵੀ ਗੀਤ ਨੂੰ ਤੁਸੀਂ ਓਨਾ ਹੀ ਸਾਰੇ ਜਿੱਦਾਂ ਗੀਤਾਂ ਨੂੰ ਪਿਆਰ ਦੇ ਰਹੇ ਹੋ, ਇਹਨਾਂ ਦੇ ਗੀਤਾਂ ਨੂੰ ਵੀ ਪਿਆਰ ਦੇਣਾ ਤੁਸੀਂ। ਸੋ ਇੱਧਰ ਪ੍ਰੀਤ ਬਾਪਲਾ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਸਾਡੀ ਕੈਸਟ ਨੂੰ ਇੰਨਾ ਪਿਆਰ ਦੇਣ ਦੇ ਲਈ, ਅਤੇ ਧੰਨਵਾਦ ਬਾਈ ਪਿੰਕੀ ਧਾਲੀਵਾਲ, ਬਾਈ ਲਵਲੀ ਨਿਰਮਾਣ, ਸਾਡੇ ਬਾਈ ਸੰਗਦਲ ਸੰਤਾਲੀ, ਸੁਦੇਸ਼ ਕੁਮਾਰੀ ਜੀ ਦਾ, ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਟਾਈਮ ਦਿੱਤਾ, ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਮਿਲੀ, ਅਸੀਂ ਕੋਈ ਉਸ ਚੀਜ਼ 'ਚ ਨਹੀਂ ਪੈ ਰਹੇ ਕਿ ਫਾਰਮੈਲਿਟੀ ਨਹੀਂ, ਕੋਈ ਫਾਰਮੈਲਿਟੀ ਨਹੀਂ ਕਿ ਮਿਲੀਅਨ ਹੋਣ ਜਾਂ ਟ੍ਰਿਲੀਅਨ ਹੋਣ, ਅਸੀਂ ਉਸ ਵਾਸਤੇ ਕੰਮ ਨਹੀਂ ਕੀਤਾ। ਅਸੀਂ ਕੰਮ ਕੀਤਾ ਸਕੂਨ ਵਾਸਤੇ ਕੀਤਾ, ਤਾਂ ਕਿ ਲੋਕਾਂ ਨੂੰ ਜਿਹੜਾ ਆਨੰਦ ਆਵੇ ਉਹ ਮਿਲ ਸਕੇ। ਇੱਕ ਸਭ ਤੋਂ ਵੱਡੀ ਚੀਜ਼ ਆ ਜਿਹੜੀ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਹਾਲੇ ਵੀ ਜਿਹੜਾ ਗੀਤ ਆ ਉਹ ਵੱਡਾ, ਹਾਲੇ ਵੀ ਜੇ ਅੱਛਾ ਗੀਤ ਕਰਦੇ ਹਾਂ ਉਹ ਸੁਣਿਆ ਜਾਂਦਾ। ਇਹ ਗੀਤ ਮੈਂ ਵੈਸੇ ਇਹ ਡਿਸਕਲੋਜ਼ ਨਹੀਂ ਕਰਨਾ ਚਾਹੀਦਾ, ਇਹ ਗੀਤ ਭਾਈ ਦੇ ਬਹੁਤ, ਉਹਨਾਂ ਦੇ ਬਹੁਤ ਪੁਰਾਣੇ ਲਿਖੇ ਹੋਏ ਆ, ਸੰਗਦਲ ਭਾਈ ਦੇ ਵੀ ਅਤੇ ਇਹ ਲਖਵਿੰਦਰ ਭਾਈ ਦੇ ਵੀ, ਘੱਟੋ ਘੱਟ ਮੇਰੇ ਸਾਹਿਬ 10 ਸਾਲ ਪੁਰਾਣੀ ਲਿਖਾ ਤਾ, ਅਤੇ ਜੇ ਅੱਜ ਵੀ ਉਹ ਗਾਣੇ ਵਧੀਆ ਤਾਂ ਉਹ ਵਧੀਆ ਹੀ ਹੈ। ਅਤੁਲ ਭਾਈ ਆ ਗਏ, ਮੈਂ ਵੈਸੇ ਦੱਸਣਾ ਚਾਹਾਂਗੇ ਇਹ ਸਭ ਤੋਂ ਛੋਟੇ ਆ ਜੀ ਸਾਡੀ ਟੀਮ ਦੇ, ਪਰ ਇਹ ਸਭ ਤੋਂ ਬਜ਼ੁਰਗ ਲੱਗਦੇ ਆ, ਸਭ ਤੋਂ ਵੱਡੇ ਪਿੰਕੀ ਭਾਜੀ ਹੈ ਜੀ, ਅਤੇ ਸਭ ਤੋਂ ਛੋਟੇ ਹੀ ਹੈ ਪਰ ਸਭ ਤੋਂ ਵੱਡੇ ਲੱਗਦੇ ਆ, ਅਤੇ ਸੀਨੀਓਰਿਟੀ ਵਾਈਜ਼। ਅਤੇ ਬਾਕੀ ਹੁਣ ਤੁਸੀਂ ਸਾਨੂੰ ਇੰਨਾ ਹੀ ਪਿਆਰ ਦਿਓਗੇ, ਸਾਨੂੰ ਉਮੀਦ ਆ ਅੱਗੇ ਵੀ, ਹੁਣ ਅਸੀਂ ਲੋਕੇਟ 3 ਦੀ ਤਿਆਰੀ ਸ਼ੁਰੂ ਕਰ ਰਹੇ ਹਾਂ, ਅਤੇ ਸਾਨੂੰ ਉਮੀਦ ਆ ਕਿ ਤੁਸੀਂ ਹੁਣ ਸਾਨੂੰ ਇੱਦਾਂ ਹੀ ਪਿਆਰ ਦਿਓਗੇ। ਨਾਲੇ ਹੁਣ ਅਸੀਂ ਇੰਨਾ ਵਕਫਾ ਨਹੀਂ ਪਾਵਾਂਗੇ, ਬਾਕੀ ਟਿਕਟੋਕਸ ਤੁਸੀਂ ਬਣਾ ਰਹੇ ਹੋ ਉਹ ਦੇਖ ਕੇ ਸਾਨੂੰ ਹੋਰ ਅੱਛਾ ਲੱਗ ਰਿਹਾ, ਹੋਰ ਵਧੀਆ ਬਣਾਓ, ਹੋਰ ਕੌਮਿਕ ਬਣਾਓ, ਹੋਰ ਬਣਾਈ ਜਾਓ, ਅਸੀਂ ਆਪ ਇੰਜੋਏ ਕਰੀਏ ਤੇ ਲੋਕ ਵੀ ਇੰਜੋਏ ਕਰ ਸਕਣ। ਬਾਬਾ ਜੀ ਮਗਰ ਮੈਂ ਬਸ ਬਸ ਬੋਲਦੇ ਲਵਲੀ ਭਾਈ, ਲਵਲੀ ਭਾਈ ਮੈਂ ਜਰੂਰ ਇੱਕ ਗੱਲ ਪਹਿਲਾਂ, ਅਸੀਂ ਅੱਜ ਪੁਰਾਣੇ ਖੁੰਡ ਇਕੱਠੇ ਹੋਏ ਆ, ਸਾਨੂੰ ਮੈਨੂੰ ਅਕਸਰ ਪਤਾ ਲੱਗਦਾ ਕਿ ਸਾਨੂੰ ਨਾ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਪੁਰਾਣੇ ਖੁੰਡ ਆ ਗਏ ਆ ਹੁਣ, ਤੇ ਵਾਕਈ ਅਸੀਂ ਪੁਰਾਣੇ ਖੁੰਡ ਆ ਹੁਣ, ਅਸੀਂ ਨਹੀਂ ਜੀ ਜਵਾਨ ਹੋ ਤੁਸੀਂ, ਅੱਜ ਦੀ ਆਵਾਜ਼ ਤੁਹਾਡੀ ਓਨੀ ਅੱਜ ਨਹੀਂ 20 ਸਾਲ ਪਹਿਲਾਂ ਸੀਗੀ, ਖੁੰਡ ਸਿਰਫ ਉਮਰ ਕਰਕੇ ਹੋਇਆ ਜੀ, ਆਵਾਜ਼ ਕਰਕੇ ਨਹੀਂ ਹੋਇਆ ਹਨਾ, ਖੁੰਡ ਆਵਾਜ਼ ਤਾਂ ਉਹੀ ਫਰੈਸ਼ ਹੀ ਹੈ ਜੀ ਹਨਾ, ਆਵਾਜ਼ ਖੁੰਡ ਤਾਂ। ਅਤੁਲ ਭਾਜੀ ਉਹਨਾਂ ਵਾਸਤੇ ਮੈਂ ਜ਼ਰੂਰ ਇਹ ਗੱਲ ਕਰਨੀ ਚਾਹੁੰਦੀ ਹਾਂ, ਜਿਹਨਾਂ ਨੂੰ ਕਹਿ ਰਹੇ ਬਹੁਤ ਛੋਟੇ ਬ੍ਰਦਰ ਆ, ਮੇਰੀ ਜਿੰਨੇ ਵੀ ਪ੍ਰੋਜੈਕਟਾਂ ਦੇ ਵਿੱਚ ਆਵਾਜ਼ ਨੂੰ ਰਿਕਾਰਡ ਕੀਤਾ ਮੇਰੇ ਵੀਰ ਅਤੁਲ ਜੀ ਨੇ ਕੀਤਾ, ਸੋ ਮੈਂ ਜਿੰਨੀ ਵਾਰੀ ਵੀ ਇਹਨਾਂ ਨੇ ਮੈਨੂੰ ਰਿਕਾਰਡ ਕੀਤਾ ਨਾ, ਮੇਰੇ ਲਈ ਬਹੁਤ ਲੱਕੀ ਸਾਬਤ ਹੋਇਆ, ਔਰ ਮੇਰੇ ਲਈ ਇਹ ਬਹੁਤ ਹੀ ਗੁੱਡ ਬੰਦੇ ਆ, ਮੇਰੇ ਲਈ ਲੱਕੀ ਆ ਕਿ ਮੈਂ ਚਾਹੁੰਦੀ ਹੁੰਦੀ ਜਦੋਂ ਵੀ ਮੈਂ ਸੁਪਰ ਟ੍ਰੈਕ ਸਟੂਡੀਓ ਆਵਾਂ ਤਾਂ ਮੇਰੇ ਨਾਲ ਨਵੀਂ ਨਹੀਂ ਕਰਨੀ, ਉਹਦਾ ਕਾਰਨ ਇਹ ਹੈ ਮੇਰੇ ਨਾਲ ਡਬਿੰਗ ਤਾਂ ਨਹੀਂ ਕਰਦੇ ਜੀ, ਮੈਂ ਇੱਕ ਦਿਨ ਗਾਣਾ ਡੱਬ ਕਰਨ ਲੱਗ ਗਿਆ, ਸਾਨੂੰ 5.5 ਘੰਟੇ ਲੱਗ ਗਏ ਡਬਿੰਗ, ਅਤੁਲ ਭਾਈ ਨਾਲ ਉਹੀ ਕੰਮ ਵੀ 4 ਘੰਟੇ ਚ 8 ਗਾਣੇ, ਇਹਨਾਂ ਦੀ ਵੀਰ ਹੋਣਾ ਦੀ ਮੈਂ ਦੁਬਾਰੇ ਪੂਰਾ ਟਾਈਮ ਮੈਂ ਬਾਅਦ ਚ ਲਊਂਗਾ, ਇਹ ਜੈ ਹੋਣਾ ਦੀ ਇੱਕ ਖਾਸੀਅਤ ਇਹ ਆ।
ਸ਼ਬਦ ਹੋਵੇ ਕੋਈ ਹੋਵੇ ਇਹਨਾਂ ਨੇ ਇੱਕ ਵਾਰੀ ਕਰਕੇ ਫਿਰ ਨੱਚਦੇ ਜ਼ਰੂਰ ਨੱਚਦੇ ਕਿਆ ਨਜ਼ਾਰੇ ਮਿਊਜ਼ਿਕ ਨੂੰ ਅਸਲੀ ਆਨੰਦ ਜਿਹੜਾ ਇੰਜੋਏ ਕਰਦੇ ਨੇ ਕੱਲ ਜਦੋਂ ਮੈਂ ਗੱਲ ਕੀਤੀ ਮੈਂ ਕਿਹਾ ਬਾਬਾ ਜੀ ਲਾਈਵ ਹੋਣਾ ਤੇ ਧਿਆਨ ਰੱਖਿਓ ਪਰਨੇ ਨੂੰ ਪੱਗ ਨੂੰ ਪ੍ਰੋਪਰ ਰੱਖਿਓ ਅਸੀਂ ਬਾਜੀ ਟਾਈਮ ਨਾਲ ਆ ਜਾਇਓ ਲੇਟ ਹੋ ਗਏ ਉਦੋਂ ਨੂੰ ਪਰਨਾ ਤਾਂ ਚਲੇ ਜਾਂਦਾ ਅਸੀਂ ਇਹਨਾਂ ਦੀ ਪੱਗ ਤੋਂ ਅੰਦਾਜ਼ਾ ਲਾ ਲੈਣੇ ਵੀ ਹੁਣ ਗਾਣਾ ਐਲਾਨ ਕਰ ਚੁੱਕੇ ਹੋ ਕਰ ਦੱਸਤਾ ਹੈ ਨਾ ਤੇ ਜਿਵੇਂ ਸਾਰੇ ਮੇਰੇ ਵੀਰ ਲਵਲੀ ਭਾਜੀ ਹੋਣੀ ਮਾਨ ਸਾਹਿਬ ਹੋਣਾ ਨੇ ਸਾਰੇ ਵੀਰਾਂ ਨੇ ਦੱਸਿਆ ਨਾ ਵੀ ਸਾਡੇ ਕੋਲ ਤੁਹਾਨੂੰ ਸ਼ਬਦ ਮੁੱਕੇ ਪਏ ਆ ਤੁਹਾਡਾ ਕਿਵੇਂ ਕਿਹੜੇ ਸ਼ਬਦ ਨਾਲ ਧੰਨਵਾਦ ਕਰੀਏ ਨਾ ਸੋਚ ਤੋਂ ਪਰੇ ਕਰਦੇ ਸੀ ਕੌਨਫੀਡੈਂਸ ਸੀ ਪਰ ਡਰ ਤਾਂ ਅੰਦਰੋਂ ਲੱਗਦਾ ਹੁੰਦਾ ਨਾ ਫੈਸਲਾ ਜਦੋਂ ਤੁਹਾਡੇ ਵਰਗੇ ਸਰੋਤਿਆਂ ਦੇ ਹੱਥ ਹੋਵੇ ਪਤਾ ਹੀ ਨਹੀਂ ਕਿੱਧਰ ਨੂੰ ਕੀ ਜਾਣਾ ਨਾ ਕਿਉਂਕਿ ਜੋ ਮਾਨ ਸਾਹਿਬ ਨੇ ਦੱਸਿਆ ਵੀ 13-14 ਸਾਲਾਂ 'ਚ ਬਦਲਾਵ ਇੰਨਾ ਆਇਆ ਹੈ ਨਾ ਉਸ ਕਰਕੇ ਦਿਲ ਡਰਦਾ ਸੀਗਾ ਪਰ ਇੱਕ ਪਰਮਾਤਮਾ 'ਤੇ ਆਸਰਾ ਜੀ ਪਹਿਲੇ ਦਿਨ ਇੱਕ ਮੈਂ ਜਵਾਈ ਜੀ ਹੁਣਾਂ ਦੀ ਗੱਲ ਵੱਡੀ ਕਰਾਂ ਪਹਿਲੇ ਦਿਨ ਜਿੱਦਣ ਇਹਨਾਂ ਨੇ ਬੈਠੇ ਮੈਂ ਆ ਕੇ ਗੱਲ ਜ਼ਿਕਰ ਕੀਤਾ ਸ਼ੁਰੂ ਕੀਤਾ ਹੈ ਨਾ ਅਤੇ ਮੈਂ ਅਜੇ ਕੀਤਾ ਮੈਂ ਕਿਹਾ ਆਪਾਂ ਵੀਰ ਲਵਲੀ ਭਾਜੀ ਉਹਨਾਂ ਦੀ ਟੇਪ ਕਰਨੀ ਆਪਾਂ ਸੁਦੇਸ਼ ਕੁਮਾਰੀ ਇਹ ਇਮੋਸ਼ਨਲ ਹੋ ਗਏ ਥੋੜ੍ਹਾ ਕਹਿੰਦੇ ਫਿਰ ਭਾਜੀ ਤੁਸੀਂ ਕਰੋ ਕੁਛ ਨਾ ਸੋਚੋ ਟੇਪ ਕੁਛ ਨਹੀਂ ਵੈਸੇ ਮੈਟਰ ਦੀ ਗੱਲ ਨਹੀਂ ਕੀਤੀ ਕੁਛ ਨਹੀਂ ਕੀਤਾ ਸੀ ਕਹਿੰਦਾ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਪ੍ਰੋਜੈਕਟ ਆਪਣਾ ਹਿੱਟ ਹੋਊਗਾ ਸੋ ਜਦੋਂ ਇੰਨੇ ਕੌਨਫੀਡੈਂਸ ਨਾਲ ਇੰਨਾ ਉਦੋਂ ਉੱਪਰਾਲੇ ਦਾ ਆਸਰਾ ਲੈ ਕੇ ਜੋ ਕਰਾਂਗੇ ਤਾਂ ਮੈਨੂੰ ਲੱਗਦਾ ਪਰਮਾਤਮਾ ਨੇ ਇਹ ਭਾਗ ਲਾਉਣੇ ਸੀਗੇ ਉਹ ਤੁਸੀਂ ਲਾ ਤੇ ਹੈ ਨਾ ਅਤੇ ਕੈਸੀਆਂ ਕੈਸੀਆਂ ਹੁਣ ਤੁਹਾਨੂੰ ਬੋਲ ਕੇ ਦੱਸੀਏ ਕਿ ਜਿਹੜੇ ਤੁਸੀਂ ਕਮੈਂਟ ਕੀਤੇ ਨੇ ਯੂਟਿਊਬ ਦੇ ਉੱਤੇ ਹੈ ਨਾ ਕਈ ਅਸੀਂ ਪੜ੍ਹਦੇ ਇਮੋਸ਼ਨਲ ਹੋ ਜਾਂਦੇ ਅਤੇ ਕਈ ਵਿਚਾਰੇ ਲਿਖਦੇ ਇਮੋਸ਼ਨਲ ਹੋਏ ਨੇ ਫਿਰ ਤੁਸੀਂ ਕਿੱਥੇ ਚੱਲ ਗਏ ਸੀ ਨਾ ਕਿਵੇਂ ਚੱਲ ਗਏ ਸੀ ਅਤੇ ਉਹ ਕਹਿੰਦੇ ਹੁੰਦੇ ਵੀ ਜਦੋਂ ਪਰਮਾਤਮਾ ਸਮਾਂ ਦਿੰਦਾ ਸ਼ਾਇਦ 13-14 ਸਾਲਾਂ ਬਾਅਦ ਇੱਕ ਜਿਹੜਾ ਇੰਨਾ ਪਿਆਰ ਜਾਗਿਆ ਸ਼ਾਇਦ ਲੇਟ ਕਰਕੇ ਜਾਗਿਆ ਹੈ ਨਾ ਕੰਟੀਨਿਊ ਪਾਉਂਦੇ ਰਹਿੰਦੇ ਸ਼ਾਇਦ ਉਹ ਨਹੀਂ ਅਤੇ ਉਹ ਤੁਹਾਡਾ ਕਿਵੇਂ ਕਰੀਏ ਅਸੀਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅਤੇ ਜਿਵੇਂ ਬੜੇ ਦਿਨਾਂ ਦੀ ਮੈਂ ਇੱਕ ਦਿਨ ਪੋਸਟ ਵੀ ਪਾਈ ਸੀ ਬਈ ਜੀ ਕਰਦਾ ਹੈ ਨਾ ਤੁਹਾਨੂੰ ਇਕੱਲੇ ਇਕੱਲੇ ਨੂੰ ਮਿਲ ਕੇ ਤੁਹਾਡਾ ਧੰਨਵਾਦ ਵੀ ਉਹਦਾ ਕੋਈ ਰਾਹ ਦੱਸੋ ਤੇ ਰਾਹ ਬਹੁਤ ਵੀਰਾਂ ਨੇ ਕਮੈਂਟ 'ਚ ਕਹਿੰਦੇ ਵੀਰ ਸਭ ਤੋਂ ਸੌਖਾ ਰਾਹ ਲਾਈਵ ਹੋ ਜਾਓ ਲਾਈਵ ਹੋ ਕੇ ਸਾਰਿਆਂ ਦੇ ਨਾਲ ਮਿਲਣੀ ਆ ਅਤੇ ਮੈਂ ਥੋੜ੍ਹੇ ਜਿਹੇ ਤੁਹਾਡੇ ਕਮੈਂਟ ਪੜ੍ਹਾਂ ਕਮੈਂਟ ਤਾਂ ਉਦੋਂ ਦੇ ਹੀ ਆ ਰਹੇ ਨੇ ਇੱਕੋ ਹੀ ਆ ਰਹੇ ਨੇ ਬਾਜੀ ਤੁਸੀਂ ਕਿੱਥੇ ਚਲੇ ਗਏ ਸਿਰਾ ਕਿਆ ਬਾਤ ਹੈ ਕਈਆਂ ਵੀਰਾਂ ਦੇ ਇਹੋ ਜਿਹੇ ਕਮੈਂਟ ਆਏ ਸਾਡੇ ਥਾਂ 'ਤੇ ਲੜਦੇ ਨੇ ਜੇ ਕੋਈ ਮਾੜਾ ਚੰਗਾ ਕਮੈਂਟ ਕਰਦਾ ਕਈਆਂ ਨੇ ਕੀਤਾ ਉਹਨਾਂ ਡਿਸਲਾਈਕ ਅਤੇ ਕਹਿੰਦੇ ਸਾਡੇ ਤੁਹਾਡੇ ਕੋਲ ਵੋਟ ਹੈ ਨਹੀਂ ਤੁਸੀਂ ਤਾਂ ਮੱਚਦੇ ਹੋ ਡਿਸਲਾਈਕ ਉਹ ਕਰਦੇ ਹੈ ਨਾ ਚਲੋ ਜਿਹਨਾਂ ਦਾ ਕੰਮ ਹੁੰਦਾ ਜਿਹਨਾਂ ਨੇ ਕਰਨਾ ਉਹ ਕਰਨਾ ਹੁੰਦਾ ਪਰ ਤੁਹਾਡਾ ਜਿਹੜਾ ਰੇਸ਼ੋ ਆ ਤੁਹਾਡੇ ਸਾਹਮਣੇ ਤਾਂ ਡਿਸਲਾਈਕ ਵਾਲਿਆਂ ਦੀ ਕੁਝ ਹੈ ਹੀ ਨਹੀਂ ਜੀਰੋ ਹੈ ਨਾ ਅਤੇ ਉਹ ਜੋ ਕਮੈਂਟ ਜਿੰਨੇ ਕਰ ਰਹੇ ਨੇ ਪੜ੍ਹਿਆ ਤਾਂ ਮੈਨੂੰ ਲੱਗਦਾ ਫਿਰ ਆਪਣਾ ਸਾਰਾ ਟਾਈਮ ਲੱਗ ਜੂਗਾ ਪਰ ਸਿਰਾ ਅੱਤ ਸਿਰਾ ਰਾਜਵੀਰ ਬੈਨੀਪਾਲ ਜੀ ਬਾਈ ਜੀ ਲੋਕਟ 2 ਦੀ ਪੂਰੀ ਟੀਮ ਨੂੰ ਕਾਂਗਰੇਸ਼ਨ ਹੁਣ ਤਿਆਰੀ ਕਰੋ ਅਗਲੇ ਲੋਕਟ 3 ਦੀ ਹਾਂਜੀ ਹਾਂਜੀ ਬਿਲਕੁਲ ਵੀਰ ਤਿਆਰੀ ਅੱਜ ਨੀਂਹ ਰੱਖ ਕੇ ਜਾਵਾਂਗੇ ਅਤੇ ਮੈਂ ਉਦਣ ਵੀ ਕਿਹਾ ਸੀ ਮੈਂ ਇਸ ਗੱਲੋਂ ਲੱਕੀ ਹਾਂ ਭਾਗਾਂ ਵਾਲਾ ਵੀ ਮੈਨੂੰ ਸ਼ੁਰੂ ਤੋਂ ਲੈ ਕੇ ਇਹੋ ਜਿਹੇ ਸੁਰੀਲੇ ਸਿੰਗਰ ਗੁਰੀ ਜਟਾਣਾ ਜੀ ਲਿਖਦੇ ਕਹਿੰਦੇ ਅੱਜ ਤੋਂ 14 ਸਾਲ ਪੁਰਾਣੀ ਯਾਦ ਤਾਜ਼ਾ ਹੋ ਗਈ ਹੈ ਹਾਂਜੀ ਹੋ ਗਈ ਬਜ਼ੁਰਗ ਹੋ ਚੁੱਕਾ ਪਰ ਉਹ ਅੱਜ ਵੀ ਉਹ ਸੁਣ ਰਿਹਾ ਸਾਨੂੰ ਇਸ ਖੁਸ਼ੀ ਦੀ ਕੋਈ ਕਹਿੰਦਾ ਮੈਂ 7ਵੀਂ ਚ ਪੜਿਆ ਸੀ ਤੇ ਮੈਂ 3 ਵਾਰੀ ਕੈਸੇਟ ਲੈ ਕੇ ਆਇਆ ਸੀ ਅਸੀਂ ਹੁਣ ਵੀ ਚਾਹੁੰਦੇ ਹਾਂ ਕਿ ਤੁਸੀਂ 3 ਵਾਰੀ ਰੋਜ਼ ਇੱਕ ਸਾਰੀ ਇਸ ਕਰਕੇ ਇੰਨੇ ਸਾਲ ਇਸ ਇੰਡਸਟਰੀ ਚ ਕਿਉਂਕਿ ਇਸ ਕਿੱਤੇ ਦੀ ਉਮਰ 5 ਸਾਲ ਹੈ 5 ਸਾਲ ਬਾਅਦ ਯੁੱਗ ਚੇਂਜ ਹੋ ਜਾਂਦਾ 5 ਸਾਲ ਬਾਅਦ ਸਰੋਤੇ ਚੇਂਜ ਹੋ ਜਾਂਦੇ ਆ ਤੇ ਜੇ ਤੁਸੀਂ 14 ਸਾਲ ਬਾਅਦ ਸਾਨੂੰ ਸੁਣ ਰਹੇ ਹੋ ਤਾਂ ਇਹ ਤੁਹਾਡੀ ਤੇ ਗੁਰੂ ਸਾਹਿਬ ਦੀ ਕਿਰਪਾ ਕਿ ਅਸੀਂ ਇੱਥੇ ਤੱਕ ਪਹੁੰਚ ਸਕੇ ਸੱਚੀ ਕਿਉਂਕਿ ਇਹ ਇਹਦੇ ਸਾਡੇ 4 ਯੁੱਗ ਚੇਂਜ ਹੋ ਚੁੱਕੇ ਆ ਅਸੀਂ ਇਸ ਕੰਮ ਦੇ ਪੜਦਾਦਾ ਬਣ ਚੁੱਕੇ ਹਾਂ ਪਰ ਫਿਰ ਵੀ ਤੁਸੀਂ ਜੀ ਓਲਡ ਇਜ਼ ਗੋਲਡ ਤੇ ਤੁਸੀਂ ਇੰਨੀ ਕਿਰਪਾ ਕਰ ਰਹੇ ਹੋ ਤੇ ਕਾਲਾ ਸਿੱਧੂ ਜੀ ਲਿਖਦੇ ਕਹਿੰਦੇ ਓਲਡ ਇਜ਼ ਗੋਲਡ ਇੱਕ ਦਿਨ YouTube ਤੇ ਕਮੈਂਟ ਆਇਆ ਕਹਿੰਦੇ ਬਾਈ ਜੀ ਮੈਂ ਆਪਣੇ ਟਾਈਮ ਤੇ ਚਲੋ ਹਰੇਕ ਉਹ ਜਵਾਨੀ ਯਾਦ ਕਰਕੇ ਕਹਿੰਦਾ ਭਾਜੀ ਮੈਂ ਯਾਦ ਆ ਗਿਆ ਜਦੋਂ ਕਹਿੰਦਾ ਮੈਂ ਕਰੀ ਮਾਨ ਸਾਹਿਬ ਦਾ ਗੀਤ ਸੀਗਾ ਕ੍ਰਿਕਟ ਖੇਡਦੇ ਵਾਲਾ ਹੈ ਨਾ ਕਹਿੰਦਾ ਮੈਂ ਉਦੋਂ ਕੁੱਟ ਖਾਧੀ ਭਾਬੀ ਤੋਂ ਉਸ ਗਾਣੇ ਦੇ ਪਿੱਛੇ ਕਹਿ ਕੇ ਪਰ ਕਹਿੰਦਾ ਅਫਸੋਸ ਆ ਮੇਰੀ ਭਾਬੀ ਜੀ ਦੁਨੀਆਂ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਹੈ ਨਾ
ਸੋ ਓਹੋ ਜਿਹਾ ਲੋਕਾਂ ਨੇ ਹੈਰਾਨੀ ਹੁੰਦੀ ਆ ਚੌਦਾਂ ਪੰਦਰਾਂ ਸਾਲ ਪੁਰਾਣੇ ਬੋਲ ਬੋਲ ਕੇ ਸ਼ਬਦਾਂ ਦੇ ਨਾਲ ਛੋਟੂ ਸਾਡਾ ਐਸਾ ਬੰਦਾ ਜੀ ਇਹਨੇ ਚਾਹ ਪਿਆ ਪਾ ਗਿਆ ਅੱਧਿਆਂ ਦੀ ਡਵਿੰਗ ਕੀਤੀ ਆ ਗਰਮ ਪਾਣੀ ਨਾਲ ਇਹ ਬੰਦੇ ਦੀ ਵੀ ਪੂਰੀ ਲੋਕੇਟ ਪੂਰੀ ਲੋਕੇਟ ਚੈਂਦੀ ਬੰਦੇ ਦੀ ਪੂਰੀ ਆ ਜੀ ਪੂਰੀ ਰੋਲ ਹੈ ਜੀ ਪਿੱਛੇ ਦਾ ਪੂਰਾ ਜ਼ਬਰਦਸਤ ਉਹ ਇਸ ਨਾ ਆਪਾਂ ਨੂੰ ਯਾਦ ਨਹੀਂ ਸਾਨੂੰ ਯਾਦ ਨਹੀਂ ਸਾਡੇ ਬੋਲ ਕਦੋਂ 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 ਕਿਹੜੇ ਰਿਕਾਰਡ ਹੋਏ ਸੀਗੇ ਜਦੋਂ ਲੋਕ ਬੋਲ ਕੇ ਯਾਦ ਕਰਕੇ ਗਾ ਕੇ ਕਰਦੇ ਨੇ ਗੀਤਾਂ ਦੀਆਂ ਕਲਿੱਪਾਂ ਇੰਨੀਆਂ ਕਰ ਰਹੀਆਂ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਤੇ ਉਹ ਹੈ ਸਹੀ ਗੱਲ ਹੈ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਸਰਸਵਤੀ ਮਾਤਾ ਦੀ ਕਿਰਪਾ ਹੋਈ ਹੈ ਬਹੁਤ ਤੁਹਾਡਾ ਆਸ਼ੀਰਵਾਦ ਮਿਲਿਆ ਔਰ ਸਰੋਤਿਆਂ ਨੇ ਇੰਨਾ ਪਿਆਰ ਕੀਤਾ ਹੈ ਵੀ ਇੰਨੀ એનર્ਜੀ ਮਿਲ ਗਈ ਵੀ ਸ਼ੁਰੂ ਫੜ ਅੱਜ ਹੀ ਕਰਕੇ ਜਾਈਏ ਲੋਕਡਰੀ ਕਰਕੇ ਜਾਈਏ ਅੱਜ ਇੱਕ ਚੀਜ਼ ਅਸੀਂ ਮਿਸ ਕਰਾਂਗੇ ਲੋਕਡ ਤੋਂ ਬਾਅਦ ਅਸੀਂ ਨਾ ਸੌਣ ਦੀਆਂ ਚੜੀਆਂ ਕੀਤੀਆਂ ਸੀ ਤਾਂ ਧਰਮਾ ਸੀਗਾ ਹਨਾ ਕੋਸ਼ਿਸ਼ ਇਹ ਹੁੰਦਾ ਵੀ ਸੌਣ ਦੀਆਂ ਚੜੀਆਂ ਟੂ ਆਉਂਦੀ ਤੇ ਅਸੀਂ ਬਹੁਤ ਸਵਾਲ ਲੈਣਾ ਸੀ ਅਸੀਂ ਉਹਨੂੰ ਮਿਸ ਕਰ ਅੱਜ ਉਹਨਾਂ ਦੇ ਗੀਤ ਦੀਆਂ ਦੋ ਲਾਈਨਾਂ ਬੋਲੋ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਸੂਰਜਾਂ ਨੂੰ ਠਾਰਾਂ ਅੱਗ ਪਾਣੀਆਂ ਨੂੰ ਲਾਵਾਂ ਵੇ ਮੈਂ ਜਿੱਧਰੋਂ ਵੀ ਲੰਘਾ ਬਣ ਜਾਣ ਬਦਲ ਹਵਾਵਾਂ ਮੇਰੇ ਫੁੱਲਾਂ ਨੂੰ ਸਿਖਾਉਂਦੇ ਚਿੱਟੇ ਦੰਦ ਹੱਸਣਾ ਵੇ ਅੱਖ ਸ਼ਮਾਂ ਨੂੰ ਸਿਖਾਉਂਦੀ ਪਰਵਾਨੇ ਸਾੜਨੇ ਉੱਡਣਾ ਪਰਿੰਦਿਆਂ ਨੂੰ ਮੈਂ ਦੱਸਦੀ ਵੇ ਮੇਰੀ ਸੱਪਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ ਉੱਡਣਾ ਪਰਿੰਦਿਆਂ ਨੂੰ ਮੈਂ ਦੱਸਦੀ ਵੇ ਮੇਰੀ ਸੱਪਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ ਵੀਰ ਦਾ ਕਮੈਂਟ ਆਇਆ ਕਹਿੰਦਾ ਵੀਰ ਉਦੋਂ ਲੋਕਟ ਬਲੈਕ ਹੋ ਗਈ ਸੀਗੀ ਮੈਂ ਕਿਹਾ ਬਲੈਕ ਮਿਲਦੀ ਨੀ ਸੀ ਤੇ ਅੱਜ ਵੀ ਯੂਟਿਊਬ ਤੇ ਇੱਕ ਵੀਰ ਨੇ ਕਮੈਂਟ ਪਾਇਆ ਹੋਇਆ ਕਹਿੰਦਾ ਬਾਈ ਜੀ ਜੇ ਅੱਜ ਕੈਸਟਾਂ ਦਾ ਯੁੱਗ ਹੁੰਦਾ ਤੇ ਕੈਸਟਾਂ ਮਿਲਣੀਆਂ ਨੀ ਸੀਗੀਆਂ ਬਾਕੀ ਜਿਹੜੇ ਸਾਨੂੰ ਤੁਹਾਡੀ ਓਪਨਿੰਗ ਵੀ ਕਹਿੰਦੇ ਉਹ ਜੀਆਂ ਰਹੀਆਂ ਕਿਉਂਕਿ ਇਹ ਵੀਰ ਤੁਹਾਡਾ ਇਹ ਐਪਰੀਸ਼ੀਏਟ ਕਰਨਾ ਇੰਨੀ ਖੁਸ਼ੀ ਦੇਣਾ ਸਾਨੂੰ ਅੱਗੇ ਵਾਸਤੇ ਅੱਗੇ ਕਰਨ ਵਾਸਤੇ ਸਾਨੂੰ ਨੀ ਮੈਨੂੰ ਲੱਗਦਾ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਬਹੁਤ ਵੱਡੀ ਇਹ ਐਨਰਜੀ ਦੇਊਗਾ ਵੀ ਨਹੀਂ ਯਾਰ ਚੰਗਾ ਸੁਣਨ ਵਾਲੇ ਬਹੁਤ ਹੈਗੇ ਨੇ ਅਸੀਂ ਵੈਸੇ ਹੀ ਨਰਵਸ ਹੋਏ ਸਾਡੀ ਇਸ ਲਾਈਨ ਨੂੰ ਪ੍ਰੋਡਿਊਸਰ ਕਹਿ ਰਹੇ ਜਾਂ ਕੰਪਨੀ ਸੋਚਦਾ ਨਹੀਂ ਵੀ ਕੀ ਹੋਵੇ ਪਰ ਸੁਣਨ ਵਾਲੇ ਸਰੋਤਿਆਂ ਤੁਸੀਂ ਸਾਬਤ ਕਰਤਾ ਵੀ ਚੰਗਾ ਸੁਣਨ ਵਾਲੇ ਬਹੁਤ ਨੇ ਬਸ਼ਰਤੇ ਕੋਈ ਚੀਜ਼ ਦੇਈਏ ਤਾਂ ਸਹੀ ਉਹਨਾਂ ਨੂੰ ਬਿਲਕੁਲ ਬਿਲਕੁਲ ਸੋ ਉਹ ਸਾਡੇ ਵੈਸੇ ਇਸ ਕਮਰਸ਼ੀਅਲ ਯੁੱਗ ਦੇ ਵਿੱਚ ਪੈਸੇ ਦੇ ਯੁੱਗ ਚ ਮੱਗੇ ਵੀ ਉਦੋਂ ਲਾਈਵ ਦੱਸਿਆ ਸੀਗਾ ਜੀ ਤਾਂ ਮੈਨੂੰ ਲੱਗਦਾ ਬਹੁਤ ਲੋਕਾਂ ਦਾ ਕਰਦਾ ਹੋਊਗਾ ਪਰ ਪਿੰਕੀ ਧਾਲੀ ਵਰਗੇ ਧਾਲੀਵਾਲ ਜੀ ਵਰਗੇ ਪ੍ਰੋਡਿਊਸਰ ਨਹੀਂ ਲੱਭਦੇ ਐਡੇ ਦਲੇਰ ਐਡਾ ਇਹ ਹਿੰਮਤ ਵਾਲਾ ਕੰਮ ਆ ਗਾਣਾ ਇੱਕ ਕਰਨਾ ਚੀਕ ਕਢਾ ਦਿੰਦਾ ਲੈ ਕੇ ਆਉਣਾ ਇਹ ਸੰਗੀਤ ਕਰ ਸਕਦਾ ਬਿਜ਼ਨਸਮੈਨ ਨਹੀਂ ਕਰ ਸਕਦਾ ਜਾਣਦੇ ਹੋਗੇ ਬਾਈ ਹੁਣਾਂ ਦਾ ਉਹ ਸ਼ੁਰੂ ਤੋਂ ਲੈ ਕੇ ਮੈਂ ਉਦੋਂ ਵੀ ਗੱਲ ਕਰਦਾ ਸੀ ਉਹਨਾਂ ਨੇ ਇਹੀ ਚੱਕੇ ਨੇ ਚੜ੍ਹਦੇ ਨੂੰ ਸਲਾਮਾਂ ਬਹੁਤ ਕਰਦੇ ਨੇ ਪਰ ਇੰਨੇ ਸਮੇਂ ਪਿੱਛੋਂ ਕਲਾਕਾਰ ਨੂੰ ਦੁਬਾਰੇ ਰਿਕਾਰਡ ਕਰਨਾ ਤੇ ਮੈਂ ਉਦੋਂ ਵੀ ਕਿਹਾ ਸੀ ਜੱਟ ਦਾ ਪੁੱਤ ਕਰ ਸਕਦਾ ਹਰ ਜਣੇ ਖਣੇ ਦੇ ਵੱਸਦਾ ਰਹੂ ਨਹੀਂ ਜਿੱਦਾਂ ਟੇਪ ਹਿੱਟ ਹੁੰਦੀ ਆ ਉਹ ਇਹੋ ਜਿਹੇ ਡਾਇਰੈਕਟਰ ਨੂੰ ਪ੍ਰੋਡਿਊਸਰਾਂ ਤੁਸੀਂ ਜਾਣਦੇ ਹੋਵੋਗੇ ਉਹ ਅਗਲੇ ਦਿਨ ਕਲਾਕਾਰ ਦੇ ਗੇਟ ਤੇ ਬੈਠੇ ਹੁੰਦੇ ਸੀ ਟੇਪ ਕਰਨ ਵਾਸਤੇ ਕਿ ਅਸੀਂ ਕਰੀਏ ਪਹਿਲਾਂ ਕੋਈ ਨਹੀਂ ਆਉਂਦਾ ਹੁੰਦਾ ਸੀਗਾ ਠੀਕ ਹੈ ਸੋ ਸਾਰਾ ਸਿਹਰਾ ਉਹਨਾਂ ਨੂੰ